ਜੀ ਗੁਰਦੁਆਰੇ ਵੀ ਮੈਨਾਂ ਨੂੰ ਇਹਨਾਂ ਨੇ ਅਖੀਰ ਚ ਲਾਤਾ ਤੇ ਅਖੀਰ ਵਾਲੇ ਦੀ ਵੈਸੇ ਤੇ ਮੈਚ ਜਿੱਤਿਆ ਹੀ ਹੋਇਆ ਜੀ ਹਾਂਜੀ ਮੈਚ ਪਹਿਲਾਂ ਹੀ ਜਿੱਤਿਆ ਉਹ ਪਹਿਲਾਂ ਹੀ ਭਾਈ ਸਾਹਿਬ ਆਪਣਾ ਵੀ ਜਿੱਤ ਕੇ ਗਏ ਇਹ ਵੀ ਜਿੱਤ ਕੇ ਗਏ ਤੇ ਮੇਰੀ ਤੇ ਕੋਈ ਹੈ ਹੀ ਨਹੀਂ ਜੇ ਮੈਂ ਦੋ ਸ਼ਬਦ ਕੀ ਇੱਕ ਸ਼ਬਦ ਪੜ੍ਹ ਕੇ ਸਮਾਪਤੀ ਕਰ ਦਈਏ ਉਹ ਆਨੰਦ ਆਇਆ ਹੀ ਹੋਇਆ ਪਰ ਪੰਜਾਬੀ ਚ ਇੱਕ ਕਹਾਵਤ ਆਇਆ ਹੀ ਹੋਇਆ ਪੰਜਾਬੀ ਚ ਕਹਾਵਤ ਆ ਕਿ ਫਾਡੀਆਂ ਨੂੰ ਗੱਫੇ ਵਾਹਿਗੁਰੂ ਗੱਫੇ ਮਿਲਣੇ ਨੇ ਬਾਅਦ ਚ ਵਾਹਿਗੁਰੂ ਤਾਂ ਗੁਰੂ ਕਿਰਪਾ ਕਰੇ ਪਿਆਰਿਓ ਸਤਿਗੁਰ ਬਖਸ਼ਿਸ਼ ਕਰਨ ਅਸੀਂ ਅਕਸਰ ਕੀਰਤਨ ਲਈ ਇਕੱਠੇ ਹੁੰਦੇ ਰਹਿੰਦੇ ਹਾਂ ਇਹ ਤਿੰਨੋਂ ਜਾਂ ਹੋਰ ਅੱਜ ਕੱਲ੍ਹ ਬਹੁਤੇ ਕੀਰਤਨੀਆਂ ਦੇ ਬਾਹਰ ਸੈਟਲ ਹੋਈ ਜਾ ਰਹੇ ਨੇ ਅਤੇ ਪੰਜਾਬ 'ਚ ਕੁਝ ਕੀ ਬਚੇ ਨੇ ਅੱਠ ਦਸ ਪੰਦਰਾਂ ਬਾਰਾਂ ਕੀਰਤਨੀਆਂ ਨੇ ਅਤੇ ਉਹ ਅਕਸਰ ਸਟੇਜਾਂ 'ਤੇ ਅਸੀਂ ਇਕੱਠੇ ਹੁੰਦੇ ਰਹਿੰਦੇ ਹਾਂ ਸੋ ਅੱਜ ਸਾਨੂੰ ਮੌਕਾ ਮਿਲਿਆ ਪਰ ਆਤਮ ਰਸ 'ਚ ਪਹਿਲੀ ਵਾਰੀ ਮਿਲਿਆ ਮੌਕਾ ਸੱਚੀ ਮੁੱਚ ਉਹਨਾਂ ਨਾਲ ਤਾਂ ਬੈਠੇ ਹਾਂ ਆਪਾਂ ਇਕੱਠੇ ਪਰ ਭਾਈ ਜਸਪ੍ਰੀਤ ਸਿੰਘ ਉਹਨਾਂ ਨਾਲ ਪਹਿਲੀ ਵਾਰੀ ਬੈਠੇ ਆਤਮ ਰਸ 'ਚ ਪਰ ਰੀਅਲੀ ਇਟ ਇਜ਼ ਅ ਵੰਡਰਫੁਲ ਐਕਸਪੀਰੀਅੰਸ ਵਾਹਿਗੁਰੂ ਰਹਿਮਤ ਕਰੇ ਸਾਡੀ ਸਭਨਾ ਦੀ ਹਾਜ਼ਰੀ ਪ੍ਰਵਾਨ ਹੋਵੇ ਆਓ ਅੱਧਾ ਘੰਟਾ ਨਹੀਂ ਕਰਨਾ ਆਪਾਂ ਕੀਰਤਨ ਕੇਵਲ ਮੈਕਸੀਮਮ ਤੋਂ ਮੈਕਸੀਮਮ 20 ਮਿੰਟ ਬਸ ਕਿਉਂਕਿ ਸਾਡੇ ਤੋਂ ਬਾਅਦ ਵੀ ਕੀਰਤਨ ਹੋਣਾ ਤਾਂ ਤੁਸੀਂ ਵੀ ਬੜੇ ਚਿਰ ਦੇ ਬੈਠੇ ਹੋ ਰਹਿਮਤ ਕਰਨ ਸਤਿਗੁਰੂ ਸਭ ਦਾ ਇੱਥੇ ਬੈਠਿਆ ਪ੍ਰਵਾਨ ਹੋਵੇ ਬੜੇ ਪਿਆਰ ਨਾਲ ਤੁਸੀਂ ਸਾਰੀਆਂ ਸੰਗਤਾਂ ਕਰਿਓ ਜੀ ਕਿਰਪਾ ਭਗਤਾਂ ਕੀ ਟੇਕ ਤੋਂ ਸੰਤਾਂ ਕੀ ਓਟ ਤੋਂ ਭਗਤਾਂ ਕੀ ਟੇਕ ਤੋਂ ਸੰਤਾਂ ਕੀ ਓਟ ਤੋਂ ਸੱਚਾ ਸਿਰਜਣਹਾਰਾ ਸੱਚਾ ਸਿਰਜਣਹਾਰਾ ਸੱਚਾ ਸਿਰਜਣਹਾਰਾ ਸੱਚਾ ਸਿਰਜਣਹਾਰਾ ਭਗਤਾਂ ਕੀ ਟੇਕ ਤੋਂ ਸੰਤਾਂ ਕੀ ਓਟ ਤੋਂ ਭਗਤਾਂ ਕੀ ਟੇਕ ਤੋਂ ਸੰਤਾਂ ਕੀ ਓਟ ਸਤਿਗੁਰ ਪਾਸ ਬੇਨੰਤੀਆਂ ਮਿਲੇ ਨਾਮ ਅਧਾਰਾ ਸਤਿਗੁਰ ਪਾਸ ਬੇਨੰਤੀਆਂ ਮਿਲੇ ਨਾਮ ਅਧਾਰਾ ਉੱਠਾ ਸੱਚਾ ਪਾਤਸ਼ਾਹ ਤਾਪ ਗਿਆ ਸੰਸਾਰਾ ਉੱਠਾ ਸੱਚਾ ਪਾਤਸ਼ਾਹ ਤਾਪ ਗਿਆ ਸੰਸਾਰਾ ਤਾਪ ਗਿਆ ਸੰਸਾਰਾ ਗਿਆ ਸੰਸਾਰਾ ਗਿਆ ਸੰਸਾਰਾ ਭਗਤਾਂ ਕੀ ਟੇਕ ਤੂੰ ਸੰਤਾਂ ਕੀ ਓਟ ਤੂੰ ਭਗਤਾਂ ਕੀ ਟੇਕ ਤੂੰ ਸੰਤਾਂ ਕੀ ਓਟ ਮਗਰੀ ਸੱਚ ਤੇਰਾ ਦਰਬਾਰਾ ਸੱਚ ਤੇਰੀ ਸਾਮਗਰੀ ਸੱਚ ਤੇਰਾ ਦਰਬਾਰਾ ਸੱਚ ਤੇਰੇ ਖਾਜੀਨਿਆ ਸੱਚ ਤੇਰਾ ਪਾਸਾਰਾ ਸੱਚ ਤੇਰੇ ਖਾਜੀਨਿਆ ਸੱਚ ਤੇਰਾ ਪਾਸਾਰਾ ਸੱਚ ਤੇਰਾ ਪਾਸਾਰਾ ਸੰਤਾ ਕੀ ਓਟ ਤੂੰ ਸੰਤਾ ਕੀ ਓਟ ਤੂੰ
سارا ہاں قربانی تیرے اسیب کا جن ہر نام پیارا ہاں قربانی تیرے اسیب کا جن ہر نام پیارا سنتا کی دیکھ تو
ਭਗਤਾਂ ਦੀ ਓਟ ਤੂੰ ਭਗਤਾਂ ਦੀ ਦੇਖ ਤੂੰ ਸੰਤਾਂ ਦੀ ਓਟ ਤੂੰ ਭਗਤਾਂ ਦੀ ਦੇਖ ਤੂੰ ਸੰਤਾਂ ਦੀ ਓਟ ਤੂੰ ਭਗਤਾਂ ਦੀ ਦੇਖ ਤੂੰ ਸੰਤਾਂ ਦੀ ਓਟ ਤੂੰ ਭਗਤਾਂ दयाल मोहे दीजे कर संतन का चेहरा प्रभु यह मनोरथ मेरा यह प्रातः काल लागो जन चरण पासुर तरस पावो प्रातः काल लागो जन चरण पासुर तरस पावो तन मन अर्प करो जन सेवा रसना हर गुण गावो तन मन अर्प करो जन सेवा रसना हर गुण गावो प्रभु अपना संत संगन रहिए सा सिमरो प्रभु अपना संत संगन रहिए एक आधार नाम धन मोरा अनंत नानक लहिए एक आधार नाम धन मोरा अनंत नानक लहिए तेरा एक नाम तारे संसार तेरा एक नाम तारे संसार
ہر کے نا ہی راہت چڑیا نرمولک سنساری نام کے پیاپاری نام کے پیاپاری ہر کے نام کے پیاپاری سر جب پیاپاری ہر کے نام کے پیاپاری انہی بن کے آماری انہی لوگ سپاری
ਹਰ ਸੱਚੇ ਤਖਤ ਨਚਾਇਆ ਸਤ ਸੰਗਤ ਮੇਲਾ ਹੋ ਨਾਨਕ ਨੇ ਪਾਣੀ ਅੰਗਾਰ ਵਿੱਚ ਸਿੱਧਾ ਖੇਲਾ ਹਰ ਸੱਚੇ ਤਖਤ ਨਚਾਇਆ ਸਤ ਸੰਗਤ ਮੇਲਾ ਨਾਨਕ ਨੇ ਪਾਣੀ ਅੰਗਾਰ ਵਿੱਚ ਸਿੱਧਾ ਖੇਲਾ ਉਸ ਮਨ ਬਣਾਈ ਕਾਲ ਕਾ ਕੰਡੇ ਕੀ ਵੇਲਾ ਸਦਾ ਅੰਗ ਸੰਗੇ ਸਦਾ ਅੰਗ ਸੰਗੇ
वाहो वाहो ओ गोपित सिंह आपे गुर चेला गोपिंद सिंह पड़ो जीवा हो गोपिंद सिंह आपे गुर गोपिंद सिंह आपे गुर चेला गोपिंद सिंह आपे गुर चेला गोपिंद सिंह आपे गुर चेला गोपिंद सिंह आ है गुरु ਪਰਲੀਆਂ ਬੀਬੀਆਂ ਵੀ ਜਕਾਰਾ ਛੱਡ ਦਿਓ ਇਹ ਸਾਡੇ ਵਾਸਤੇ ਤੇ ਚਲੋ ਹੈ ਹੀ ਹੈ ਸਾਰੀ ਸੰਗਤ ਵਾਸਤੇ ਹੀ ਹੈ ਪਿਆਰੇ ਸੋ ਨਿਹਾਲ ਗੁਰੂ ਕਿਰਪਾ ਕਰੇ ਸਭ ਦੀ ਹਾਜ਼ਰੀ ਪ੍ਰਵਾਨ ਹੋਵੇ ਸਾਡਾ ਕੀਤਾ ਕੀਰਤਨ ਆਪ ਜੀ ਪ੍ਰਵਾਨ ਕਰ ਲੈਣਾ ਸਤਿਗੁਰੂ ਜੀ ਦੇ ਚਰਨਾਂ 'ਚ ਅਰਦਾਸ ਹੈ ਮਾਲਕ ਜੀ ਮਿਹਰ ਕਰਨ ਇਸੇ ਤਰ੍ਹਾਂ ਸਤਿਗੁਰ ਆਪਣੇ ਗੋਦ ਵਿੱਚ ਬਿਠਾ ਕੇ ਆਪਣਾ ਜਸ ਕਰਾਉਂਦੇ ਰਹਿਣ ਕੱਲ੍ਹ ਸਵੇਰੇ ਇਸ ਸਮਾਗਮ ਦਾ ਲਾਸਟ ਕੀਰਤਨ ਹੈ ਸਾਡੇ ਸਾਰੇ ਕੀਰਤਨੀਆਂ ਦਾ ਮੈਂ ਪਰਸਨਲੀ ਧੰਨਵਾਦ ਕਰਦਾ ਭਾਈ ਤਵਨੀਤ ਸਿੰਘ ਜੀ ਸਤਿਕਾਰਯੋਗ ਭਾਈ ਜਸਪ੍ਰੀਤ ਸਿੰਘ ਜੀ ਭਾਈ ਮਨਪ੍ਰੀਤ ਸਿੰਘ ਜੀ ਫਤਿਹਗੜ੍ਹ ਸਾਹਿਬ ਵਾਲੇ ਬਹੁਤ ਪਾਵਨ ਪਵਿੱਤਰ ਧਰਤੀ 'ਤੇ ਇਹ ਸਤਿਗੁਰੂ ਜੀ ਦੇ ਕੀਰਤਨ ਦੀ ਸੇਵਾ ਨਿਭਾਉਂਦੇ ਹੈ ਇਹਨਾਂ ਦਾ ਵੀ ਧੰਨਵਾਦ ਆਪ ਸਮੂਹ ਰੱਬ ਰੂਪ ਸੰਗਤਾਂ ਦਾ ਵੀ ਧੰਨਵਾਦ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਜਿਨ੍ਹਾਂ ਨੇ ਇਹ ਸੋਹਣੇ ਸਮਾਗਮ ਆਪ ਸਰਬੱਤ ਸੰਗਤਾਂ ਦੇ ਦਰਸ਼ਨ ਪ੍ਰਸ਼ਨ ਕਰਨ ਦਾ ਮੌਕਾ ਦਿੱਤਾ ਸਾਡੇ ਸਤਿਕਾਰਯੋਗ ਵੀਰ ਸਰਦਾਰ ਅਵਤਾਰ ਸਿੰਘ ਜੀ ਟੈਰੀ ਜੋ ਕਿ ਸਾਰੇ ਕੀਰਤਨੀਆਂ ਨਾਲ ਸਾਰੀਆਂ ਸੰਗਤਾਂ ਨਾਲ ਅਥਾਹ ਪਿਆਰ ਕਰਦੇ ਨੇ ਔਰ ਸਾਰੇ ਉਹਨਾਂ ਨੂੰ ਪਿਆਰ ਕਰਦੇ ਨੇ ਤੋ ਰਹਿਮਤ ਕਰਨ ਸਤਿਗੁਰੂ ਆਪ ਜੀ ਇਸ ਹੀਰੇ ਨੂੰ ਸਾਂਭ ਕੇ ਰੱਖੋ ਤਾਂ ਜੋ ਇਹ ਕੀਰਤਨੀਆਂ ਨੂੰ ਆਪ ਸਰਬੱਤ ਸੰਗਤਾਂ ਦੇ ਸਨਮੁੱਖ ਕੀਰਤਨ ਦਾ ਇਹ ਜੋ ਰਸ ਹੈ ਇਹ ਦਿੰਦੇ ਰਹਿਣ ਤੋ ਸਾਡੇ ਸਤਿਕਾਰਯੋਗ ਵੀਰ ਦਿੰਦੇ ਜੀ ਜੋ ਕਿ ਸਾਊਂਡ ਇੰਜੀਨੀਅਰ ਨੇ ਬੜੇ ਸੋਹਣੇ ਤਰੀਕੇ ਨਾਲ ਸਾਊਂਡ ਦਾ ਸੈਟਅਪ ਕਰਦੇ ਨੇ ਇਹਨਾਂ ਦਾ ਵੀ ਧੰਨਵਾਦ ਗੁਰੂ ਕਰਕੇ ਵਜ਼ੀਰ ਸਾਹਿਬ ਗ੍ਰੰਥੀ ਸਾਹਿਬ ਸਭ ਦਾ ਹੀ ਧੰਨਵਾਦ ਆਪ ਸਮੂਹ ਰੱਬ ਰੂਪ ਸੰਗਤਾਂ ਦਾ ਧੰਨਵਾਦ ਹੁਣ ਅਗਲੇ ਸਾਲ ਹੀ ਕਰਾਂਗੇ ਦਰਸ਼ਨ ਵਿੱਚ ਵਿਚਾਲੇ ਅਤੇ ਗੁਰੂ ਕਿਰਪਾ ਕਰੇ ਸਮਾਂ ਥੋੜ੍ਹਾ ਜਿਹਾ ਗੈਪ ਵੀ ਜ਼ਰੂਰੀ ਹੈ ਤੋ ਥੋੜ੍ਹੇ ਜਿਹੇ ਸਮੇਂ ਬਾਅਦ ਹੀ ਆਪ ਸੰਗਤਾਂ ਦੇ ਦਰਸ਼ਨ ਕੀਤੇ ਨੇ ਸਾਰੇ ਜਥਿਆਂ ਨੇ ਤੋ ਆਪ ਜੀ ਅਸੀਸ ਦੇਣਾ ਪ੍ਰਧਾਨ ਜੀ ਇੱਥੇ ਭੈਣ ਜੀ ਸਾਡੇ ਸਤਿਕਾਰਯੋਗ ਵੀਰ ਭੈਣ ਜੀ ਦਲਵਿੰਦਰ ਕੌਰ ਜੀ ਉਹਨਾਂ ਦਾ ਵੀ ਧੰਨਵਾਦ ਵੀਰ ਗੁਰੂ ਸਤਵਿੰਦਰ ਸਿੰਘ ਸਾਰੇ ਉਹਨਾਂ ਰੂਹਾਂ ਦਾ ਧੰਨਵਾਦ ਜਿਹੜੇ ਇਸ ਸਮਾਗਮ ਨੂੰ ਚਾਰ ਚੰਦ ਲਾਉਣ ਵਿੱਚ ਬਹੁਤ ਮਿਹਨਤ ਕੀਤੀ ਹੈ ਔਰ ਆਪ ਸੰਗਤਾਂ ਦਾ ਵੀ ਧੰਨਵਾਦ ਪਿਆਰ ਦਾ ਸਬੂਤ ਦੇਣਾ ਪਿਆਰਿਓ ਢਿੱਲੀ ਫਤਿਹ ਨਾ ਬੁਲਾਇਓ ਸਾਰੀ ਸੰਗਤ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ